ਜਿਹੜਾ ਬੇਟਾ ਸਾਡਾ ਅੱਜ ਦਾ ਟੌਪਿਕ ਹੈਗਾ ਆ ਦੈਟ ਇਜ਼ ਨੈਕਸਟ ਪਾਰਟ ਕੱਟ ਆਊਟ ਰਿਲੇ, ਠੀਕ ਹੈ। ਇਹ ਸਾਡਾ ਥਰਡ ਪਾਰਟ ਆ ਇੱਕ ਸਟਾਰਟਿੰਗ ਉਹਦਾ ਚਾਰਜਿੰਗ ਸਿਸਟਮ ਦਾ, ਠੀਕ ਹੈ। ਥਰਡ ਕੰਪੋਨੈਂਟ ਹੈਗਾ, ਫਸਟ ਕੰਪੋਨੈਂਟ ਸੀਗਾ ਡਾਇਨਮੋਮੀਟਰ ਔਰ ਏ ਸੀ ਜਨਰੇਟਰ ਜਾਂ ਅਲਟਰਨੇਟਰ, ਠੀਕ ਹੈ। ਸੈਕਿੰਡ ਪਾਰਟ ਹੈਗਾ ਆ ਹੁਣ, ਥਰਡ ਪਾਰਟ ਸੋਰੀ, ਕੱਟ ਆਊਟ ਰਿਲੇ, ਠੀਕ ਹੈ। ਸੋ ਕੀ ਕੰਮ ਹੈਗਾ ਕੱਟ ਆਊਟ ਰਿਲੇ ਦਾ? ਕੱਟ ਆਊਟ ਰਿਲੇ ਦਾ ਦੂਸਰਾ ਨਾਮ ਹੈਗਾ ਆ ਸਰਕਟ ਬ੍ਰੇਕਰ, ਠੀਕ ਹੈ। ਸੋ ਜਿੰਦਾ ਨਾਮ ਤੋਂ ਹੀ ਕਲੀਅਰ ਆ, ਸਰਕਟ ਬ੍ਰੇਕਰ ਕੀ ਕਰਦਾ ਆ ਕਿ ਜਦੋਂ ਕਿਤੇ ਵੀ ਕਰੰਟ ਜਾਂ ਵੋਲਟੇਜ ਦੀ ਰਿਕੁਆਇਰਮੈਂਟ ਲੋੜ ਤੋਂ ਜ਼ਿਆਦਾ ਹੋ ਜਾਂਦੀ ਆ ਤਾਂ ਉਹ ਸਰਕਟ ਨੂੰ ਬ੍ਰੇਕ ਕਰ ਦਿੰਦਾ, ਯਾਨੀ ਕਿ ਕਨੈਕਸ਼ਨ ਤੋੜ ਦਿੰਦਾ, ਠੀਕ ਹੈ। ਸੋ ਇੱਥੇ ਕੱਟ ਆਊਟ ਰਿਲੇ ਕੀ ਕੰਮ ਕਰਦਾ ਆ? ਇੱਕ ਕੰਟੈਕਟ ਬ੍ਰੇਕਰ ਦਾ ਕੰਮ ਕਰਦਾ ਹੈ, ਕਿਹਦੇ ਵਿੱਚ? ਅਲਟਰਨੇਟਰ ਦੇ ਵਿੱਚ ਜਾਂ ਡਾਇਨਮੋਮੀਟਰ ਦੇ ਵਿੱਚ ਅਤੇ ਬੈਟਰੀ ਦੇ ਵਿੱਚ, ਠੀਕ ਹੈ। ਸੋ ਅਲਟਰਨੇਟਰ ਲੱਗਾ ਹੋਊਗਾ ਜਾਂ ਤਾਂ ਕਾਰ ਦੇ ਵਿੱਚ ਡਾਇਨਮੋਮੀਟਰ ਲੱਗਾ ਹੋਊਗਾ। ਸੋ ਜਿਹੜਾ ਕੱਟ ਆਊਟ ਰਿਲੇ ਆ, ਜਦੋਂ ਕਿਤੇ ਲੋੜ ਤੋਂ ਵੱਧ ਕਰੰਟ ਜਾਂ ਵੋਲਟੇਜ ਆ ਜਾਵੇ ਤਾਂ ਉਹ ਕਨੈਕਸ਼ਨ ਨੂੰ ਬ੍ਰੇਕ ਕਰ ਦਿੰਦਾ, ਯਾਨੀ ਕਨੈਕਸ਼ਨ ਨੂੰ ਤੋੜ ਦਿੰਦਾ ਆ ਕਿਸੇ ਵੀ ਦੋ ਇਲੈਕਟ੍ਰੀਕਲ ਇਕਵਿਪਮੈਂਟ ਦੇ ਵਿੱਚ, ਠੀਕ ਹੈ। ਇਸ ਨੂੰ ਕਹਿੰਦੇ ਆ ਕੱਟ ਆਊਟ ਰਿਲੇ, ਠੀਕ ਹੈ। ਸੋ ਕੱਟ ਆਊਟ ਰਿਲੇ ਬ੍ਰੇਕ ਔਰ ਓਪਨ ਦੀ ਸਰਕਟ ਵੈਨ ਜਨਰੇਟਰ ਸਟੋਪ ਔਰ ਸਲੋ ਡਾਊਨ, ਠੀਕ ਹੈ। ਇੱਕ ਤਾਂ ਇਹ ਕੰਟੈਕਟ ਤੋੜ ਦਿੰਦਾ ਆ ਜਦੋਂ ਵੋਲਟੇਜ ਜ਼ਿਆਦਾ ਹੋ ਜਾਏ ਜਾਂ ਕਰੰਟ ਜ਼ਿਆਦਾ ਹੋ ਜਾਏ। ਦੂਸਰਾ ਇਹ ਕਦੋਂ ਕੰਮ ਆਉਂਦਾ ਆ? ਕਿ ਜਦੋਂ ਅਲਟਰਨੇਟਰ ਦੀ ਸਪੀਡ ਘੱਟ ਆ, ਅਲਟਰਨੇਟਰ ਘੱਟ ਕਰੰਟ ਪ੍ਰੋਡਿਊਸ ਕਰਦਾ ਪਿਆ ਆ, ਠੀਕ ਹੈ। ਕਦੋਂ ਅਲਟਰਨੇਟਰ ਘੱਟ ਕਰੰਟ ਜਾਂ ਘੱਟ ਵੋਲਟੇਜ ਕਦੋਂ ਪ੍ਰੋਡਿਊਸ ਕਰੂਗਾ? ਜਦੋਂ ਗੱਡੀ ਦੀ ਸਪੀਡ ਸਲੋ ਆ, ਠੀਕ ਹੈ, ਜਾਂ ਗੱਡੀ ਆਈਡਲ ਸਪੀਡ 'ਤੇ ਆ, ਆਈਡਲ ਕੰਡੀਸ਼ਨ ਦੇ ਵਿੱਚ ਆ। ਉਸ ਟਾਈਮ 'ਤੇ ਡਾਇਨਮੋਮੀਟਰ ਜਿਹੜਾ ਸੀਗਾ ਉਹ ਘੱਟ ਕਰੰਟ ਪੈਦਾ ਕਰਦਾ ਸੀ। ਸਿਰਫ ਡਾਇਨਮੋ ਦੀ ਗੱਲ ਕਰਨੀ ਹੈ, ਸੋਰੀ, ਇਹਦੇ ਵਿੱਚ ਅਲਟਰਨੇਟਰ ਦੀ ਗੱਲ ਨਹੀਂ ਕਰਨੀ, ਕਿਉਂਕਿ ਅਲਟਰਨੇਟਰ ਵਾਲੇ ਕਾਰ ਦੇ ਵਿੱਚ ਕੱਟ ਆਊਟ ਰਿਲੇ ਲੱਗਾ ਹੀ ਨਹੀਂ ਹੁੰਦਾ, ਠੀਕ ਹੈ। ਸੋ ਡਾਇਨਮੋਮੀਟਰ ਦੇ ਵਿੱਚ ਇੱਕ ਪ੍ਰੋਬਲਮ ਸੀ ਕਿ ਜਦੋਂ ਗੱਡੀ ਦੀ ਸਪੀਡ ਸਲੋ ਹੁੰਦੀ ਸੀ ਉਹਦੀ ਜਿਹੜੀ ਵੋਲਟੇਜ ਪੈਦਾ ਕਰਨ ਦੀ ਪਾਵਰ ਆ ਉਹ ਘੱਟ ਜਾਂਦੀ ਸੀ। ਉਹ 12 ਵੋਲਟ ਨਹੀਂ ਪ੍ਰੋਡਿਊਸ ਕਰਦਾ ਸੀ, ਉਹ ਮੰਨ ਲਓ 7 ਵੋਲਟ, 8 ਵੋਲਟ, 9, 10 ਵੋਲਟ ਤੱਕ ਪੈਦਾ ਕਰਦਾ ਸੀ ਜਦੋਂ ਸਪੀਡ ਘੱਟ ਹੁੰਦੀ ਸੀ। ਸੋ ਉਸ ਟਾਈਮ 'ਤੇ ਕੀ ਆ, ਜਿਹੜਾ ਕੱਟ ਆਊਟ ਰਿਲੇ ਆ ਉਹ ਡਾਇਨਮੋਮੀਟਰ ਅਤੇ ਬੈਟਰੀ ਦਾ ਕਨੈਕਸ਼ਨ ਤੋੜ ਦਿੰਦਾ ਸੀ। ਕਿਉਂ ਤੋੜ ਦਿੰਦਾ ਸੀ? ਜੇ ਕਨੈਕਸ਼ਨ ਚੱਲਦਾ ਰਹੇ ਤਾਂ, ਕਿਉਂਕਿ ਬੈਟਰੀ ਦੀ ਵੋਲਟੇਜ ਜ਼ਿਆਦਾ, ਬੈਟਰੀ 12 ਵੋਲਟ ਪੈਦਾ ਕਰਦੀ ਪਈ ਆ ਅਤੇ ਜਿਹੜਾ ਡਾਇਨਮੋਮੀਟਰ ਆ ਉਹ ਘੱਟ ਵੋਲਟੇਜ ਪੈਦਾ ਕਰਦਾ ਪਿਆ। ਸੋ ਕਰੰਟ ਬੈਕ ਵਾਪਸ ਆਉਣ ਲੱਗ ਪੈਂਦਾ ਸੀ, ਡਿਸਚਾਰਜ ਹੋਣ ਲੱਗ ਪੈਂਦੀ ਸੀ ਬੈਟਰੀ। ਵੈਸੇ ਅਲਟਰਨੇਟਰ ਜਾਂ ਡਾਇਨਮੋਮੀਟਰ ਦਾ ਮੇਨ ਕੰਮ ਕੀ ਆ? ਕਿ ਬੈਟਰੀ ਨੂੰ ਚਾਰਜ ਕਰਨਾ, ਠੀਕ ਹੈ। ਆਪਾਂ ਏਸੀ ਕੰਮ ਵਾਸਤੇ ਅਲਟਰਨੇਟਰ ਜਾਂ ਡਾਇਨਮੋਮੀਟਰ ਲਗਾਉਂਦੇ ਹਾਂ, ਬਟ ਜਦੋਂ ਡਾਇਨਮੋਮੀਟਰ ਘੱਟ ਕਰੰਟ ਪ੍ਰੋਡਿਊਸ ਕਰਦਾ ਆ ਤਾਂ ਉਸ ਟਾਈਮ 'ਤੇ ਫਿਰ ਕੀ ਹੋਣ ਲੱਗ ਪੈਂਦਾ ਸੀ? ਬੈਟਰੀ ਡਿਸਚਾਰਜ ਹੋਣ ਲੱਗ ਪੈਂਦੀ ਸੀ, ਠੀਕ ਹੈ। ਸੋ ਇਸ ਚੀਜ਼ ਨੂੰ ਰੋਕਣ ਦੇ ਲਈ ਕੰਟੈਕਟ ਬ੍ਰੇਕਰ ਲਗਾਇਆ ਜਾਂਦਾ ਸੀ ਕਿ ਜਦੋਂ ਤੱਕ ਜਿਹੜਾ ਤੁਹਾਡਾ ਡਾਇਨਮੋਮੀਟਰ ਆ ਉਹ 12 ਵੋਲਟ ਪੈਦਾ ਨਹੀਂ ਕਰਦਾ ਉਦੋਂ ਤੱਕ ਜਿਹੜਾ ਹੈਗਾ ਬੈਟਰੀ ਦੇ ਨਾਲ ਉਹ ਕਨੈਕਸ਼ਨ ਟੁੱਟਿਆ ਰਹਿੰਦਾ ਸੀ, ਕੰਟੈਕਟ ਬ੍ਰੇਕ ਰਹਿੰਦਾ ਸੀ। ਜਿੰਦਾ ਹੀ ਡਾਇਨਮੋਮੀਟਰ ਨੇ 12 ਵੋਲਟ ਪੈਦਾ ਕਰਨੇ ਸਟਾਰਟ ਕਰਤੇ ਉਦੋਂ ਹੀ ਉਹ ਕੰਟੈਕਟ ਜੋੜ ਦਿੰਦਾ ਸੀ, ਮਤਲਬ ਯਾਨੀ ਕਿ ਬੈਟਰੀ ਨੂੰ ਚਾਰਜ ਕਰਨ ਲੱਗ ਪੈਂਦਾ ਸੀ, ਠੀਕ ਹੈ। ਸੋ ਦੋ ਕੰਮ ਆ ਕੱਟ ਆਊਟ ਰਿਲੇ ਦੇ, ਇੱਕ ਤਾਂ ਜੇ ਵੋਲਟੇਜ ਜਾਂ ਕਰੰਟ ਇਨਕਰੀਜ਼ ਹੋ ਜਾਏ ਤਾਂ ਕਨੈਕਸ਼ਨ ਤੋੜ ਦੇਣਾ, ਦੂਸਰਾ ਜੇ 12 ਵੋਲਟ ਤੋਂ ਘੱਟ ਹੋ ਜਾਏ ਵੋਲਟੇਜ ਜਿਹੜਾ ਡਾਇਨਮੋਮੀਟਰ ਪੈਦਾ ਕਰਦਾ ਪਿਆ ਤਾਂ ਵੀ ਕੰਟੈਕਟ ਨੂੰ ਤੋੜ ਦੇਣਾ, ਠੀਕ ਹੈ। ਸੋ ਇਹ ਕੰਮ ਹੈਗਾ ਤੁਹਾਡੇ ਕੱਟ ਆਊਟ ਰਿਲੇ ਦਾ। ਕਿਸੇ ਨੂੰ ਕੋਈ ਡਾਊਟ ਇਹਦੇ ਵਿੱਚ ਕਿ ਕੀ ਕੰਮ ਆ ਕੱਟ ਆਊਟ ਰਿਲੇ ਦਾ? ਨੋ ਸਰ, ਐਨੀਵਨ? ਇੱਕ ਚੀਜ਼ ਯਾਦ ਰੱਖਣੀ ਆ, ਕੱਟ ਆਊਟ ਰਿਲੇ ਜਿਹੜੀ ਹੈਗੀ ਆ ਸਿਰਫ ਡਾਇਨਮੋਮੀਟਰ ਦੇ ਵਿੱਚ ਲੱਗੀ ਹੁੰਦੀ, ਜਿੱਥੇ ਡਾਇਨਮੋਮੀਟਰ ਲੱਗਾ ਗੱਡੀ ਤੇ ਉਹਦੇ ਵਿੱਚ ਕੱਟ ਆਊਟ ਰਿਲੇ ਹੁੰਦੀ ਸੀ, ਅਲਟਰਨੇਟਰ ਦੇ ਵਿੱਚ ਨਹੀਂ ਹੁੰਦੀ। ਹਾਂਜੀ, ਕਿਸੇ ਦਾ ਕੋਈ ਡਾਊਟ? ਵਿਸ਼ਾਲ, ਸ਼ਿਵਮ, ਪ੍ਰਭਦੀਪ? ਸਰ, ਅਲਟਰਨੇਟਰ ਵਾਲੇ ਤੇ ਕਿਉਂ ਨਹੀਂ ਹੁੰਦੀ? ਕਿਉਂਕਿ ਬੇਟਾ ਅਲਟਰਨੇਟਰ ਘੱਟ ਸਪੀਡ ਤੇ ਵੀ 12 ਵੋਲਟ ਹੀ ਪੈਦਾ ਕਰਦਾ ਆ। ਆਪਾਂ ਕੱਲ ਐਡਵਾਂਟੇਜਸ ਐਂਡ ਡਿਸਐਡਵਾਂਟੇਜ ਪੜੀਆਂ ਸੀ ਕਿ ਅਲਟਰਨੇਟਰ ਦੀਆਂ ਡਾਇਨਮੋਮੀਟਰ ਦੇ ਉੱਪਰ ਕੀ ਐਡਵਾਂਟੇਜਸ ਆ, ਠੀਕ ਹੈ। ਆ ਦੇਖੋ,
alternator can produce more current output at low engine speed even at idling, but dynamo can't do that. ठीक है, डायनमोमीटर घट स्पीड ते या आइडल स्पीड के उपर करंट बहुत घट प्रोड्यूस करता है. सो जे करंट या वोल्टेज घट प्रोड्यूस करेगा तो बैटरी डिस्चार्ज होने लग पेगी, बैटरी तो जी पावर हैगी वापस डायनमोमीटर च आने लग पेगी. सो उस चीज़ को रोकण के लिए आप कट आउट रिले लगाने. ठीक है, ओके सर. हाँ जी, होर किसी का कोई डाउट? ठीक है जी. सो नैक्सट हूँ देखो आह डायग्राम नू चंगी तरह समझना है, बहुत इंपॉर्टेंट डायग्राम आई कट आउट रिले कई बार एग्जाम के आ जाता है जिदी वर्किंग एंड कंस्ट्रक्शन आ जाती है. ठीक है, हूँ दो चीज़ा है ये भी, पहली हैगी शंट वाइडिंग. ठीक है, एक होंगी है शंट वाइडिंग, एक होंगी है सीरीज वाइंडिंग. ठीक है, याद रखना है शंट वाइंडिंग एंड सीरीज वाइंडिंग. ठीक है, नीचे ਤੁਹਾਡਾ ਹੈਗਾ ਆ ਜਨਰੇਟਰ. ਜਨਰੇਟਰ ਦਾ ਮਤਲਬ ਜਿਹਨੇ ਬਿਜਲੀ ਪੈਦਾ ਕਰਨੀ ਆ, ਇਹ ਹੈਗਾ ਤੁਹਾਡਾ ਡਾਇਨਮੋਮੀਟਰ. ਠੀਕ ਹੈ ਜੀ, ਜਿਹੜੀ ਵੀ ਸ਼ੰਟ ਵਾਈਂਡਿੰਗ ਹੈਗੀ ਆ ਉਹਦੀ ਜਿਹੜੀ ਵਾਇਰ ਹੈਗੀ ਆ ਉਹ ਹੈਗੀ ਆ ਥਿਨ ਵਾਇਰ, ਪਤਲੀ ਵਾਇਰ ਆ. ਠੀਕ ਹੈ, ਜਿਹੜੀ ਸ਼ੰਟ ਵਾਈਂਡਿੰਗ ਦੀ ਆਹ ਵਾਇਰ ਯੂਜ਼ ਹੋ ਰਹੀ ਆ ਆਹ ਵਾਲੀ, ਠੀਕ ਹੈ, ਇਹ ਬਰੀਕ ਵਾਇਰ ਹੁੰਦੀ ਆ. ਜਿਹੜੀ ਸੀਰੀਜ਼ ਵਾਈਂਡਿੰਗ ਦੀ ਵਾਇਰ ਆ ਇਹ ਥਿੱਕ ਹੁੰਦੀ ਆ, ਮੋਟੀ ਵਾਇਰ ਹੁੰਦੀ ਆ. ਠੀਕ ਹੈ, ਇਹ ਪਹਿਲਾਂ ਦੋ ਚੀਜ਼ਾਂ ਯਾਦ ਰੱਖਣੀਆਂ, ਸ਼ੰਟ ਵਾਈਂਡਿੰਗ ਦੀ ਜਿਹੜੀ ਵਾਇਰ ਆ ਉਹ ਥਿਨ ਹੈਗੀ ਆ, ਸੀਰੀਜ਼ ਵਾਈਂਡਿੰਗ ਦੀ ਜਿਹੜੀ ਵਾਇਰ ਆ ਉਹ ਥਿੱਕ ਹੈਗੀ ਆ. ਠੀਕ ਹੈ, ਨੀਚੇ ਲੱਗਾ ਹੋਇਆ ਤੁਹਾਡਾ ਡਾਇਨਮੋਮੀਟਰ. ਡਾਇਨਮੋਮੀਟਰ ਕੀ ਕਰ ਰਿਹਾ? ਇਲੈਕਟ੍ਰਿਸਿਟੀ ਪ੍ਰੋਡਿਊਸ ਕਰ ਰਿਹਾ. ਠੀਕ ਹੈ, ਜਿਹੜੀ ਆਹ ਤੁਹਾਨੂੰ ਰੋਡ ਦਿਸ ਰਹੀ ਆ ਇਹ ਹੈਗੀ ਆ ਆਰਮੇਚਰ ਰੋਡ. ਠੀਕ ਹੈ, ਆਰਮੇਚਰ ਰੋਡ ਅੱਗੇ ਕਾਹਦੇ ਨਾਲ ਕੰਟੈਕਟ ਕਰ ਰਹੀ ਆ? ਬੈਟਰੀ ਦੇ ਨਾਲ. ਠੀਕ ਹੈ, ਇੱਕ ਲੱਗਾ ਹੋਇਆ ਸਪਰਿੰਗ. ਸੋ ਹੁੰਦਾ ਕੀ ਆ ਕਿ ਜਦੋਂ ਜਨਰੇਟਰ ਬਿਜਲੀ ਪੈਦਾ ਕਰ ਰਿਹਾ, ਮੰਨ ਲਓ 8 ਵੋਲਟ ਪੈਦਾ ਕਰ ਰਿਹਾ ਜਾਂ 12 ਵੋਲਟ ਤੋਂ ਘੱਟ ਹੀ ਪੈਦਾ ਕਰ ਰਿਹਾ, 10 ਵੋਲਟ ਪੈਦਾ ਕਰ ਰਿਹਾ. ਠੀਕ ਹੈ, ਤਾਂ ਜਦੋਂ ਉਹ ਆ ਵਾਇਰਸ ਦੇ ਵਿੱਚੋਂ ਪਾਸ ਹੁੰਦਾ ਹੈ ਕਰੰਟ, ਮੰਨ ਲਓ ਕਿ ਇੱਕ ਜਿਹੜਾ ਡਾਇਨਮੋਮੀਟਰ ਆ ਉਹ ਪੈਦਾ ਕਰ ਰਿਹਾ ਤੁਹਾਡਾ 5 ਵੋਲਟ ਪੈਦਾ ਕਰ ਰਿਹਾ. ਠੀਕ ਹੈ, ਅਤੇ ਜਦੋਂ ਕਰੰਟ ਇਹ ਪਾਸ ਹੋਣਾ ਆ ਆ ਵਾਇਰਸ ਦੇ ਵਿੱਚੋਂ, ਠੀਕ ਹੈ, ਇਹ ਵਾਇਰਸ ਇੱਕ ਆਇਰਨ ਕੋਰ ਦੇ ਆਲੇ ਦੁਆਲੇ ਲਪੇਟੀ ਹੋਈ ਆ, ਯਾਨੀ ਕਿ ਇੱਕ ਲੋਹੇ ਦੇ ਪੀਸ ਦੇ ਆਲੇ ਦੁਆਲੇ ਪੂਰੀ ਇਹਨੂੰ ਸਰਕੂਲਰ ਲਪੇਟ ਦਿੱਤਾ ਗਿਆ ਆ. ਠੀਕ ਹੈ, ਸੋ ਜਦੋਂ ਵਾਇਰਸ ਦੇ ਵਿੱਚੋਂ ਕਰੰਟ ਪ੍ਰੋਡਿਊਸ ਹੋਣਾ, ਨਿਕਲਣਾ, ਪਾਸ ਕਰਨਾ ਆ, ਉਸ ਟਾਈਮ 'ਤੇ ਕੀ ਹੋਣਾ, ਇਹਨੇ ਮੈਗਨੇਟ ਬਣ ਜਾਣਾ. ਠੀਕ ਹੈ, ਇਹ ਤਾਂ ਪਤਾ ਹੈ ਨਾ ਸਾਰਿਆਂ ਨੂੰ, ਜਦੋਂ ਆਪਾਂ ਇੱਕ ਆਇਰਨ ਕੋਰ ਦੇ ਆਲੇ ਦੁਆਲੇ ਮੈਟਲ ਵਾਇਰਸ ਲਪੇਟੀਆਂ ਹੋਣ ਤਾਂ ਉਹ ਮੈਟਲ ਮੈਗਨੇਟ ਬਣ ਜਾਂਦਾ ਆ ਜਦੋਂ ਉਹਦੇ ਵਿੱਚੋਂ ਕਰੰਟ ਪਾਸ ਕਰਦਾ. ਠੀਕ ਹੈ, ਸੋ ਜਦੋਂ ਕਰੰਟ ਪਾਸ ਕੀਤਾ 12 ਵੋਲਟ ਤੋਂ ਘੱਟ, ਠੀਕ ਹੈ, ਇਹ ਯਾਦ ਰੱਖਣਾ ਕਿ ਜਦੋਂ ਕਰੰਟ 12 ਵੋਲਟ ਤੋਂ ਘੱਟ ਇਸ ਵਾਇਰ ਦੇ ਵਿੱਚੋਂ ਨਿਕਲੂਗਾ ਤਾਂ ਇਹ ਬਣ ਜਾਣਾ ਵੀਕ ਮੈਗਨੇਟ. ਠੀਕ ਹੈ, ਇਹ ਵੀਕ ਮੈਗਨੇਟ ਬਣਨਾ, ਅਤੇ ਜਦੋਂ 12 ਵੋਲਟ ਜਾਂ 12 ਵੋਲਟ ਕਰੰਟ ਇਹਦੇ ਵਿੱਚੋਂ ਨਿਕਲੂਗਾ, ਪਾਸ ਕਰੂਗਾ, ਤਾਂ ਇਹ ਬਣ ਜਾਣਾ ਸਟਰੋਂਗ ਮੈਗਨੇਟ. ਠੀਕ ਹੈ, ਹੁਣ ਜਦੋਂ ਇਹ ਵੀਕ ਮੈਗਨੇਟ ਆ, ਵੀਕ ਮੈਗਨੇਟ ਕਦੋਂ ਆ? ਜਦੋਂ ਕਰੰਟ 12 ਵੋਲਟ ਤੋਂ ਘੱਟ ਆ. ਉਸ ਟਾਈਮ 'ਤੇ ਕੀ ਆ ਕਿ ਆਹ ਜਿਹੜੀ ਚੀਜ਼ ਹੈਗੀ ਆ, ਜਿਹੜਾ ਕੰਟੈਕਟ ਬ੍ਰੇਕਰ ਹੈਗਾ ਆ, ਆਹ ਵਾਲੀ ਚੀਜ਼, ਇਹ ਆਪਸ 'ਚ ਅਲੱਗ ਅਲੱਗ ਆ, ਆਹ ਵਾਲਾ ਸਰਕਲ ਦੇਖੋ. ਠੀਕ ਹੈ, ਇਹ ਜੁੜੇ ਨਹੀਂ ਹੋਏ ਆਪਸ 'ਚ, ਯਾਨੀ ਕਿ ਕਰੰਟ ਪਾਸ ਨਹੀਂ ਕਰਦਾ ਪਿਆ. ਠੀਕ ਹੈ, ਕਿਉਂ? ਕਿਉਂਕਿ ਸਪਰਿੰਗ ਨੇ ਖਿੱਚੇ ਹੋਏ ਆ, ਆ ਜਿਹੜੀ ਆਰਮੇਚਰ, ਜਿਹੜੀ ਬਾਂਹ ਹੈਗੀ ਆ ਆਰਮੇਚਰ ਦੀ, ਆਰਮ ਹੈਗੀ ਆ, ਇਹ ਖਿੱਚੀ ਹੋਈ ਆ ਸਪਰਿੰਗ ਨੇ, ਇਹ ਆਪਸ 'ਚ ਜੁੜੇ ਨਹੀਂ ਹੋਏ. ਕਿਉਂ ਨਹੀਂ ਜੁੜੇ ਹੋਏ? ਕਿਉਂਕਿ ਮੈਗਨੇਟ ਵੀਕ ਆ, ਬਟ ਜਦੋਂ 12 ਵੋਲਟ ਹੋ ਗਏ ਇਹ ਮੈਗਨੇਟ ਬਣ ਜਾਣਾ ਸਟਰੋਂਗ. ਠੀਕ ਹੈ, ਜਦੋਂ ਮੈਗਨੇਟ ਸਟਰੋਂਗ ਬਣ ਗਿਆ ਉਸ ਟਾਈਮ 'ਤੇ ਕੀ ਹੋਣਾ ਆ, ਮੈਗਨੇਟ ਨੇ ਇਸ ਆਰਮ ਨੂੰ ਨੀਚੇ ਖਿੱਚ ਲੈਣਾ. ਠੀਕ ਹੈ, ਆਹ ਆਰਮ ਨੀਚੇ ਨੂੰ ਆ ਜਾਣੀ, ਮੈਗਨੇਟ ਨੇ ਇਹਨੂੰ ਨੀਚੇ ਨੂੰ ਖਿੱਚ ਲੈਣਾ ਇਸ ਤਰ੍ਹਾਂ. ਠੀਕ ਹੈ, ਜਦੋਂ ਮੈਗਨੇਟ ਨੇ ਨੀਚੇ ਖਿੱਚ ਲਿਆ ਆਹ ਚੀਜ਼ ਆਪਸ 'ਚ ਕੰਟੈਕਟ 'ਚ ਆ ਜਾਣੀ, ਜੁੜ ਜਾਣੀ ਆਪਸ ਦੇ ਵਿੱਚ. ਜਦੋਂ ਇਹ ਜੁੜ ਗਈ, ਕਰੰਟ ਆਹ ਵਾਇਰਸ ਤੋਂ ਪਾਸ ਹੁੰਦਾ ਹੁੰਦਾ ਕਿੱਥੇ ਜਾਣਾ ਆ? ਬੈਟਰੀ ਦੇ ਵਿੱਚ. ਠੀਕ ਹੈ, ਮੰਨ ਲਓ ਗੱਡੀ ਦੀ ਸਪੀਡ ਫੇਰ ਘੱਟ ਹੋ ਗਈ. ਜਦੋਂ ਗੱਡੀ ਦੀ ਸਪੀਡ ਫੇਰ ਘੱਟ ਹੋ ਗਈ ਉਸ ਟਾਈਮ 'ਤੇ ਇਹਨੇ ਕੀ ਕਰਨਾ ਆ? ਮੈਗਨੇਟ ਵੀਕ ਬਣ ਜਾਣਾ ਆ, ਅਤੇ ਜਦੋਂ ਮੈਗਨੇਟ ਵੀਕ ਬਣ ਗਿਆ ਇਹ ਦੁਬਾਰਾ ਆਪਣੇ ਆਪ ਉੱਪਰ ਨੂੰ ਹੋ ਜਾਣਾ, ਕਿਉਂਕਿ ਇਹਨੇ ਖਿੱਚਣਾ ਨਹੀਂ ਹੈਗਾ, ਆਹ ਮੈਗਨੇਟ ਨੇ ਇਸ ਆਰਮ ਨੂੰ ਨਹੀਂ ਖਿੱਚਣਾ, ਉਦੋਂ ਕੰਟੈਕਟ ਫੇਰ ਟੁੱਟ ਜਾਣਾ.
ਠੀਕ ਹੈ। ਸੋ ਇਹ ਇਸੇ ਤਰ੍ਹਾਂ ਕੰਟੈਕਟ ਟੁੱਟਦਾ ਤੇ ਜੁੜਦਾ ਰਹਿੰਦਾ ਜਿੰਦਾ ਜਿੰਦਾ ਜਨਰੇਟਰ ਦੀ ਸਪੀਡ ਘੱਟਦੀ ਜਾਂ ਵੱਧਦੀ ਹੈ, ਯਾਨੀ ਕਿ ਗੱਡੀ ਦੀ ਸਪੀਡ ਘੱਟਦੀ ਜਾਂ ਵੱਧਦੀ ਹੈ। ਕਲੀਅਰ ਹੈ ਜੀ? ਕਿਸੇ ਨੂੰ ਕੋਈ ਡਾਊਟ ਹੋਵੇ ਤਾਂ ਦੱਸੋ। ਬੇਸਿਕ ਪ੍ਰਿੰਸੀਪਲ ਸਮਝ ਆ ਗਿਆ ਇਸ ਚੀਜ਼ ਦਾ? ਕਲੀਅਰ ਸਰ। ਹਾਂਜੀ, ਕਿਸੇ ਦਾ ਵੀ ਕੋਈ ਡਾਊਟ? ਵਿਸ਼ਾਲ, ਪ੍ਰਭਦੀਪ, ਸ਼ਿਵਮ? ਨੋ। ਠੀਕ ਹੈ। ਬੇਸਿਕ ਕੀ ਹੈ ਕਿ ਆਹ ਮੈਗਨੇਟ ਬਣਦਾ ਹੈ, ਇੱਕ ਵਾਰ ਵੀਕ ਮੈਗਨੇਟ ਬਣਦਾ ਹੈ, ਇੱਕ ਵਾਰ ਸਟਰੋਂਗ ਮੈਗਨੇਟ ਬਣਦਾ ਹੈ। ਵੀਕ ਮੈਗਨੇਟ ਕਦੋਂ ਬਣਦਾ ਹੈ? ਜਦੋਂ ਜਿਹੜਾ ਵੋਲਟੇਜ ਆ 12 ਵੋਲਟ ਤੋਂ ਘੱਟ ਹੈਗੇ ਆ। ਤੇ ਸਟਰੋਂਗ ਮੈਗਨੇਟ ਬਣਨਾ ਹੈ ਜਦੋਂ 12 ਵੋਲਟ ਵੋਲਟੇਜ ਪਹੁੰਚ ਗਏ। ਜਦੋਂ 12 ਵੋਲਟ ਪਹੁੰਚ ਗਏ, ਇਹਨੇ ਇਸ ਆਰਮ ਨੂੰ ਜਿਹੜਾ ਹੈਗਾ ਆ ਨੀਚੇ ਖਿੱਚ ਲੈਣਾ, ਇਸ ਆਰਮ ਨੂੰ ਨੀਚੇ ਖਿੱਚ ਲੈਣਾ। ਜਦੋਂ ਇਹ ਨੀਚੇ ਆ ਗਈ ਆਰਮ ਮੈਗਨੇਟ ਦੇ ਖਿੱਚਣ ਕਰਕੇ, ਤੇ ਆਹ ਜੁੜ ਜਾਣੇ ਆ। ਠੀਕ ਹੈ। ਜਦੋਂ ਜੁੜ ਗਏ ਤਾਂ ਕਰੰਟ ਪਾਸ ਹੋ ਗਿਆ, ਤੇ ਜਦੋਂ ਵੋਲਟੇਜ ਫੇਰ ਘੱਟ ਗਏ ਇਹ ਫੇਰ ਅਲੱਗ ਹੋ ਜਾਣੇ ਆ, ਤੇ ਕਰੰਟ ਪਾਸ ਨਹੀਂ ਹੋਣਾ। ਠੀਕ ਹੈ, ਇਹੀ ਇਹਦਾ ਬੇਸਿਕ ਪ੍ਰਿੰਸੀਪਲ ਆ। ਤੇ ਇਸ ਤੋਂ ਬਾਅਦ ਹੁਣ ਜਿਹੜਾ ਨੈਕਸਟ ਸਾਡਾ ਟੋਪਿਕ ਹੈਗਾ ਰੈਗੂਲੇਟਰ, ਵਰਕਿੰਗ ਮੈਂ ਤੁਹਾਨੂੰ ਦੱਸ ਦਿੱਤੀ ਆ। ਨੈਕਸਟ ਜਿਹੜਾ ਸਾਡਾ ਟੋਪਿਕ ਹੈਗਾ ਰੈਗੂਲੇਟਰ, ਇਹਦੀ ਵਰਕਿੰਗ ਵੀ ਬਿਲਕੁਲ ਸੇਮ ਆ ਕੰਟੈਕਟ ਬ੍ਰੇਕਰ ਵਾਂਗੂ। ਪਹਿਲਾਂ ਦੱਸੋ ਕਿ ਕਿਸੇ ਨੂੰ ਕੱਟ ਆਊਟ ਰਿਲੇਅ ਦੇ ਵਿੱਚ ਕੋਈ ਡਾਊਟ ਹੋਵੇ ਤਾਂ ਪੁੱਛ ਲਓ। ਕੱਟ ਆਊਟ ਰਿਲੇਅ ਦੇ ਵਿੱਚ, ਹਾਂਜੀ, ਐਨੀਵਨ? ਸਰ ਇਹ ਆਟੋਮੈਟਿਕ ਸਰ ਕਿੱਦਾਂ ਕੱਟ ਆਊਟ ਹੋ ਜਾਂਦਾ ਸਰ? ਆਟੋਮੈਟਿਕ ਬੇਟਾ ਸਪੀਡ ਦੇ ਅਕੋਰਡਿੰਗ ਸਰ ਜੀ। ਹਾਂਜੀ, ਹੈਲੋ। ਹਾਂਜੀ ਹਾਂਜੀ, ਦੱਸੋ, ਪੁੱਛੋ ਬੇਟਾ। ਕੌਣ ਪੁੱਛ ਰਿਹਾ? ਵਿਸ਼ਾਲ ਸੀਗਾ। ਹਾਂਜੀ ਵਿਸ਼ਾਲ। ਸਰ ਮਤਲਬ ਜਦੋਂ ਬੈਟਰੀ ਪੂਰੀ ਚਾਰਜ ਹੋ ਜਾਂਦੀ ਆ ਸਰ, ਇਹ ਆਟੋਮੈਟਿਕ ਕਿਦਾਂ ਸਰ ਇਹ ਬੰਦ ਹੋ ਜਾਂਦਾ ਸਰ? ਬੈਟਰੀ ਮਤਲਬ ਪੂਰੀ ਚਾਰਜ ਕਰ ਦਿੰਦਾ ਸਰ ਜਦੋਂ? ਜਦੋਂ ਬੇਟਾ ਬੈਟਰੀ ਪੂਰੀ ਚਾਰਜ ਆ, ਮੰਨ ਲਓ ਉਸ ਟਾਈਮ ਤੇ ਇਹ ਕੰਟੈਕਟ ਜੁੜਿਆ ਹੋਇਆ ਆ ਆਪਸ ਦੇ ਵਿੱਚ, ਆਹ ਕਾਹਦਾ ਸਾਈਨ ਆ ਪਹਿਲਾਂ ਦੇਖੋ, ਅਰਥਿੰਗ ਦਾ। ਠੀਕ ਆ, ਇੱਥੇ ਵੀ ਅਰਥਿੰਗ ਦਾ ਸਾਈਨ ਆ। ਜਦੋਂ ਬੈਟਰੀ ਫੁੱਲੀ ਚਾਰਜ ਆ, ਜਿਹੜੇ ਐਕਸਟਰਾ ਕਰੰਟ ਆ ਉਹ ਅਰਥਿੰਗ ਦੇ ਵਿੱਚ ਜਾਣ ਲੱਪਣਾ। ਆਹ ਦੇਖੋ, ਇੱਥੇ ਵੀ ਅਰਥਿੰਗ ਦਾ ਸਾਈਨ ਹੈਗਾ। ਠੀਕ ਹੈ, ਜਦੋਂ ਬੈਟਰੀ ਫੁੱਲ ਚਾਰਜ ਹੋ ਗਈ, ਬੈਟਰੀ ਨੂੰ ਕਰੰਟ ਦੀ ਰਿਕੁਆਇਰਮੈਂਟ ਨਹੀਂ ਹੈਗੀ, ਤਾਂ ਉਸ ਟਾਈਮ ਤੇ ਕੰਟੈਕਟ ਜੁੜਿਆ ਰਹਿਣਾ, ਬਟ ਜਿਹੜਾ ਐਕਸਟਰਾ ਕਰੰਟ ਹੈਗਾ ਉਹ ਅਰਥਿੰਗ ਦੇ ਵਿੱਚ ਚੱਲ ਜਾਣਾ। ਠੀਕ ਹੈ, ਓਕੇ ਸਰ। ਕੰਟੈਕਟ ਜੁੜਦਾ ਕਿਸ ਤਰ੍ਹਾਂ ਆ, ਟੁੱਟਦਾ ਕਿਸ ਤਰ੍ਹਾਂ ਆ, ਉਹ ਸਮਝ ਆ ਗਿਆ ਜੀ ਸਰ। ਠੀਕ ਆ, ਹੋਰ ਕਿਸੇ ਦਾ ਕੋਈ ਡਾਊਟ ਵੀ? ਬਾਕੀ ਸਟੂਡੈਂਟ, ਸ਼ਿਵਮ? ਹਾਂਜੀ, ਹੁਣ ਜਿਹੜਾ ਸਾਡਾ ਨੈਕਸਟ ਹੈਗਾ ਵੀ ਟੋਪਿਕ, ਉਹ ਲਾਸਟ ਟੋਪਿਕ ਆ ਜਿਹੜਾ ਸਾਡਾ, ਦੈਟ ਇਜ਼ ਰੈਗੂਲੇਟਰ, ਕਰੰਟ ਰੈਗੂਲੇਟਰ। ਵੋਲਟੇਜ ਜਾਂ ਕਰੰਟ ਰੈਗੂਲੇਟਰ ਦੋ ਤਰ੍ਹਾਂ ਦੇ ਹੁੰਦੇ ਆ। ਰੈਗੂਲੇਟਰ ਦਾ ਕੀ ਕੰਮ ਆ ਕਿ ਉਹ ਜਿਹੜਾ ਵੋਲਟੇਜ ਪੈਦਾ ਕਰਦਾ ਪਿਆ ਡਾਇਨਮੋਮੀਟਰ, ਉਸ ਦੀ ਵੈਲਿਊ ਨੂੰ ਘਟਾ ਵਧਾ ਸਕਦਾ ਹੈ, ਯਾਨੀ ਕਿ ਉਹਦੀ ਵੈਲਿਊ ਨੂੰ, ਅਮਾਊਂਟ ਨੂੰ ਕੰਟਰੋਲ ਕਰ ਸਕਦਾ ਆ, ਵੋਲਟੇਜ ਦੀ ਵੀ ਅਤੇ ਕਰੰਟ ਦੀ ਵੀ। ਠੀਕ ਹੈ, ਸਿੰਪਲ ਇਹੀ ਕੰਮ ਆ ਇੱਕ ਵੋਲਟੇਜ ਰੈਗੂਲੇਟਰ ਦਾ। ਜਿੰਨੀ ਸਾਨੂੰ ਇਲੈਕਟ੍ਰੀਕਲ ਸਿਸਟਮ ਦੇ ਵਿੱਚ ਰਿਕੁਆਇਰਮੈਂਟ ਹੈਗੀ, ਮੰਨ ਲਓ ਕਦੀ ਸਾਨੂੰ ਰਿਕੁਆਇਰਮੈਂਟ ਜ਼ਿਆਦਾ ਹੋ ਗਈ ਤਾਂ ਉਹ ਵੋਲਟੇਜ ਨੂੰ ਇਨਕਰੀਜ਼ ਕਰ ਦੇਗਾ, ਅਮਾਊਂਟ ਨੂੰ ਇਨਕਰੀਜ਼ ਕਰ ਦੇਗਾ, ਕਦੀ ਡਿਕਰੀਜ਼ ਕਰ ਦੇਗਾ। ਠੀਕ ਹੈ, ਕੰਮ ਕਿਸ ਤਰ੍ਹਾਂ ਕਰਦਾ ਆ ਆਹ ਡਾਇਗ੍ਰਾਮ ਤੋਂ ਸਮਝੋ। ਸੇਮ ਉਹੀ ਪ੍ਰੋਸੈਸ ਆ। ਆਹ ਹੈਗਾ ਤੁਹਾਡਾ ਜਨਰੇਟਰ, ਠੀਕ ਹੈ, ਜਿਹੜਾ ਬਿਜਲੀ ਪੈਦਾ ਕਰਦਾ ਪਿਆ। ਇੱਥੋਂ ਇੱਕ ਵਾਇਰ ਜਾ ਰਹੀ ਹੈ ਗਰਾਊਂਡ 'ਤੇ, ਇੱਕ ਵਾਇਰ ਜਾ ਰਹੀ, ਜਿਹੜੀ ਫੀਲਡ ਕੋਇਲ ਵਾਲੀ ਵਾਇਰ ਹੈਗੀ ਉਹ ਜਾ ਰਹੀ ਆ ਇਸ ਆਇਰਨ ਓਰ 'ਤੇ। ਠੀਕ ਹੈ, ਇਹ ਆਇਰਨ ਓਰ ਕਿਉਂ ਆਪਾਂ ਯੂਜ਼ ਕੀਤੀ? ਕਿਉਂਕਿ ਇਹਨੇ ਮੈਗਨੇਟ ਬਣਨਾ ਆ, ਆਹ ਵਾਲੀ ਚੀਜ਼ ਨੇ ਬਾਅਦ ਦੇ ਵਿੱਚ ਮੈਗਨੇਟ ਬਣ ਜਾਣਾ ਜਦੋਂ ਇਹਨੂੰ ਪੂਰਾ ਕਰੰਟ ਮਿਲ ਗਿਆ। ਠੀਕ ਹੈ, ਸੋ ਇੱਕ ਮੈਗਨੇਟ ਆ, ਦਿਸ ਵਨ ਇਜ਼ ਅ ਮੈਗਨੇਟ। ਠੀਕ ਹੈ, ਹੁਣ
ਇੱਕ ਜਿਹੜੀ ਵਾਇਰ ਜਾ ਰਹੀ ਹੈ ਜਨਰੇਟਰ ਤੋਂ, ਯਾਨੀ ਕਿ ਡਾਇਨਮੋਮੀਟਰ ਤੋਂ, ਉਹ ਰੈਜ਼ਿਸਟੈਂਸ ਦੇ ਥਰੂ ਜਾ ਰਹੀ ਹੈ, ਆਹ ਵਾਲੀ ਵਾਇਰ, ਦਿਸ ਵਾਇਰ ਰੈਜ਼ਿਸਟੈਂਸ ਦੇ ਥਰੂ ਕਿੱਥੇ ਜਾ ਰਹੀ ਹੈ, ਇਸ ਆਰਮੇਚਰ ਨੂੰ, ਠੀਕ ਹੈ। ਤੇ ਇੱਕ ਪੁਆਇੰਟ ਰੈਜ਼ਿਸਟੈਂਸ ਤੋਂ ਪਹਿਲਾਂ ਕਿੱਥੇ ਜਾ ਰਿਹਾ, ਕੰਟੈਕਟ ਤੇ, ਸਰਕਟ ਪੂਰਾ ਕਰਨ ਦੇ ਲਈ, ਠੀਕ ਹੈ। ਹੁਣ ਹੋਣਾ ਕੀ ਆ, ਜਦੋਂ ਸਾਨੂੰ ਕਰੰਟ ਦੀ ਰਿਕੁਆਇਰਮੈਂਟ ਨਹੀਂ ਹੈਗੀ, ਵਿਸ਼ਾਲ ਤੇਰੇ ਕੁਐਸਚਨ ਦਾ ਆਂਸਰ ਇੱਥੇ ਆ। ਹੁਣ ਮੰਨ ਲਓ ਬੈਟਰੀ ਪੂਰੀ ਤਰ੍ਹਾਂ ਚਾਰਜ ਹੈਗੀ ਆ, ਸਾਨੂੰ ਕਰੰਟ ਦੀ ਰਿਕੁਆਇਰਮੈਂਟ ਬਿਲਕੁਲ ਨਹੀਂ ਹੈਗੀ, ਠੀਕ ਹੈ। ਉਸ ਟਾਈਮ ਤੇ ਕੀ ਹੋਣਾ ਆ, ਜਦੋਂ ਕਰੰਟ ਦੀ ਰਿਕੁਆਇਰਮੈਂਟ ਬਿਲਕੁਲ ਨਾ ਹੋਈ, ਇੱਥੇ ਜਿਹੜੀ ਵੋਲਟੇਜ ਆਉਣੀ ਆ, ਉਹਨੇ ਇਹਨੂੰ ਮੈਗਨੇਟ ਬਣਾ ਦੇਣਾ, ਇਹ ਮੈਗਨੇਟ ਬਣ ਜਾਣਾ, ਠੀਕ ਹੈ। ਜਦੋਂ ਮੈਗਨੇਟ ਬਣ ਗਿਆ, ਕੰਟੈਕਟ ਬ੍ਰੇਕ ਹੋ ਗਿਆ, ਆਪਸ 'ਚ ਕੰਟੈਕਟ ਦੇ ਵਿੱਚ ਨਹੀਂ ਹੈਗੇ, ਠੀਕ ਹੈ। ਉਸ ਟਾਈਮ 'ਤੇ ਕੰਟੈਕਟ ਬ੍ਰੇਕ ਹੋ ਗਿਆ, ਬੈਟਰੀ ਨੂੰ ਕੋਈ ਪਾਵਰ ਹੁਣ ਨਹੀਂ ਜਾ ਰਹੀ। ਬਟ ਜਦੋਂ ਕਰੰਟ ਦੀ ਰਿਕੁਆਇਰਮੈਂਟ ਹੈਗੀ ਆ, ਉਦੋਂ ਕੀ ਹੋਣਾ ਆ, ਇਹ ਕੰਟੈਕਟ ਜੁੜ ਜਾਣਾ ਹੈ। ਕਦੋਂ ਜੁੜਨਾ ਆ, ਜਦੋਂ ਇਹਨੇ ਵੀਕ ਮੈਗਨੇਟ ਬਣਨਾ, ਮਤਲਬ ਇਹਦੇ ਵਿੱਚ ਉਲਟਾ ਆ ਕੰਟੈਕਟ ਬ੍ਰੇਕ ਉਹਦੇ ਨਾਲੋਂ, ਕੱਟ ਆਊਟਰ ਲੇਅ ਨਾਲੋਂ। ਜਦੋਂ ਇਹ ਸਟਰੋਂਗ ਕਨੈਕਸ਼ਨ ਬਣਦਾ ਪਿਆ, ਸਟਰੋਂਗ ਮੈਗਨੇਟ ਬਣਦਾ ਪਿਆ, ਉਸ ਟਾਈਮ ਤੇ ਕੰਟੈਕਟ ਬ੍ਰੇਕ ਹੋ ਰਿਹਾ ਆ। ਬਟ ਜਦੋਂ ਇਹ ਵੀਕ ਮੈਗਨੇਟ ਬਣਦਾ ਪਿਆ ਆ, ਤਾਂ ਉਸ ਟਾਈਮ ਤੇ ਕੰਟੈਕਟ ਜੁੜਦਾ ਪਿਆ ਆ, ਠੀਕ ਹੈ। ਉਸ ਟਾਈਮ ਤੇ ਇਸ ਆਰਮ ਨੇ ਨੀਚੇ ਨੂੰ ਹੋ ਜਾਣਾ, ਠੀਕ ਹੈ। ਕਦੋਂ ਹੋਣਾ ਆ, ਜਦੋਂ ਸਾਨੂੰ ਵੋਲਟੇਜ ਦੀ ਰਿਕੁਆਇਰਮੈਂਟ ਹੈਗੀ ਆ, ਯਾਨੀ ਕਿ ਬੈਟਰੀ ਨੂੰ ਵੋਲਟੇਜ ਦੀ ਰਿਕੁਆਇਰਮੈਂਟ ਹੈਗੀ ਆ, ਉਸ ਟਾਈਮ ਤੇ ਇਹਨੇ ਵੀਕ ਮੈਗਨੇਟ ਬਣ ਜਾਣਾ ਹੈ। ਹੁਣ ਵੀਕ ਤੇ ਸਟਰੋਂਗ ਮੈਗਨੇਟ ਬਣਨਾ ਕਿਉਂ ਆ, ਕਿਉਂਕਿ ਇੱਥੇ ਇੱਕ ਰੈਜ਼ਿਸਟੈਂਸ ਲੱਗੀ ਹੋਈ ਹੈ, ਇੱਕ ਆਪਾਂ ਰੈਜ਼ਿਸਟੈਂਸ ਪ੍ਰੋਵਾਈਡ ਕਰਾਤੀ, ਜਿਹੜੀ ਕੀ ਕਰ ਰਹੀ ਆ, ਕਰੰਟ ਦੀ ਵੈਲਿਊ ਨੂੰ ਘਟਾ ਵਧਾ ਰਹੀ ਆ। ਰੈਜ਼ਿਸਟੈਂਸ ਕੀ ਕਰਦੀ ਆ, ਇੱਕ ਓਪੋਜ਼ਿਟ ਫੋਰਸ ਆ ਜਿਹੜੀ ਕਰੰਟ ਨੂੰ ਆਪਣੇ ਵਿੱਚੋਂ ਫਲੋ ਹੋਣ ਤੋਂ ਰੋਕਦੀ ਆ, ਠੀਕ ਹੈ। ਸੋ ਜਦੋਂ ਕਰੰਟ ਇਸ ਰੈਜ਼ਿਸਟੈਂਸ ਥਰੂ ਪਾਸ ਕਰੂਗਾ, ਯਾਨੀ ਕਿ ਸਾਨੂੰ ਕਰੰਟ ਦੀ ਰਿਕੁਆਇਰਮੈਂਟ ਬਹੁਤ ਘੱਟ ਹੈਗੀ ਆ, ਸੋ ਇਸ ਰੈਜ਼ਿਸਟੈਂਸ ਨੇ ਕਰੰਟ ਨੂੰ ਰੋਕ ਦੇਣਾ ਆ। ਸੋ ਜਦੋਂ ਕਰੰਟ ਨੂੰ ਰੋਕ ਦਿੱਤਾ, ਤਾਂ ਉਸ ਟਾਈਮ 'ਤੇ ਜਿਹੜੀ ਮੈਗਨੇਟ ਆ ਉਹ ਸਟਰੋਂਗ ਬਣ ਜਾਣੀ ਆ। ਸੋ ਸਟਰੋਂਗ ਮੈਗਨੇਟ ਬਣ ਗਈ, ਤਾਂ ਉਹਨੇ ਇਸ ਆਰਮੇਚਰ ਨੂੰ ਉੱਪਰ ਨੂੰ ਚੱਕ ਦੇਣਾ ਆ, ਅਤੇ ਇਹ ਆਪਸ ਦੇ ਵਿੱਚ ਜੁੜਨੇ ਨਹੀਂ ਹੈਗੇ, ਜਿਹੜਾ ਕੰਟੈਕਟ ਹੈਗਾ ਲੂਜ਼ ਹੋ ਜਾਣਾ। ਅਤੇ ਜਦੋਂ ਸਾਨੂੰ ਕਰੰਟ ਦੀ ਰਿਕੁਆਇਰਮੈਂਟ ਹੈਗੀ ਆ, ਕਰੰਟ ਨੇ ਡਾਇਰੈਕਟਲੀ ਇਸ ਡਾਇਰੈਕਸ਼ਨ 'ਚੋਂ ਫਲੋ ਕਰਨਾ ਆ, ਠੀਕ ਹੈ, ਅਤੇ ਆਪਣਾ ਆਰਮੇਚਰ ਨੂੰ ਇਹ ਨੀਚੇ ਪੁਸ਼ ਕਰ ਦੇਣਾ ਹੈ, ਅਤੇ ਕੰਟੈਕਟ ਆਪਸ ਦੇ ਵਿੱਚ ਜੁੜ ਜਾਣੇ, ਠੀਕ ਹੈ। ਬਿਲਕੁਲ ਜਿਸ ਤਰ੍ਹਾਂ ਕੱਟ ਆਊਟਰ ਲੇ ਸੀ, ਉਸ ਤੋਂ ਬਿਲਕੁਲ ਓਪੋਜ਼ਿਟ ਪ੍ਰਿੰਸੀਪਲ 'ਤੇ ਇਹ ਕੰਮ ਕਰਦੀ ਆ, ਠੀਕ ਹੈ। ਜਦੋਂ ਵੀਕ ਮੈਗਨੇਟ ਆ, ਉਸ ਟਾਈਮ 'ਤੇ ਜਿਹੜਾ ਤੁਹਾਡਾ ਕੰਟੈਕਟ ਆ ਜੁੜ ਜਾਏਗਾ, ਜਿਸ ਟਾਈਮ 'ਤੇ ਸਟਰੋਂਗ ਮੈਗਨੇਟ ਆ, ਉਸ ਟਾਈਮ 'ਤੇ ਜਿਹੜਾ ਕੰਟੈਕਟ ਆ ਬ੍ਰੇਕ ਹੋ ਜਾਏਗਾ, ਠੀਕ ਹੈ ਜੀ। ਹਾਂਜੀ, ਕਿਸੇ ਦਾ ਕੋਈ ਡਾਊਟ?